ਲੈ ਬਾਬਾ ਮਖਦੂਮ ਸ਼ਾਹ ਤੂੰ ਟੱਚ ਪਾਉਂਦਾ ਪਿਆ ਸੀ ਮੈਨੂੰ ਬੈਠੇ ਬੈਠੇ ਨੂੰ ਟੱਚ ਪੈ ਗਿਆ ਉਹ ਮੈਂ ਫਿਰ ਪੈਨਸਲ ਲੈ ਕੇ ਲਿਖਿਆ ਸੁਭਾਨ ਅੱਲਾਹ ਕੋ ਮੈਂ ਬਿਆਨ ਕਰਾਂ ਮੈਂ ਪੜ੍ਹੀ ਤੋਂ ਦੱਸਾਂ ਨਾ ਗਿਰਾਵੇਂ ਕਹਿੰਦੇ ਹਜ਼ਰਤ ਕੁਝ ਲੋਕ ਨੇ ਜਿਹੜੇ ਸਿਰਫ ਸਹਾਬਾ ਦਾ ਜ਼ਿਕਰ ਕਰਕੇ ਬੜਾ ਖੁਸ਼ ਹੁੰਦੇ ਨੇ ਉਹ ਮਜ਼ਹਬ ਦੇ ਉਹ ਮਸਲਕ ਦੇ ਉਹ ਅਕੀਦੇ ਦੇ ਚੋਰ ਨੇ ਜਿਹੜਾ ਸਿਰਫ ਆਖਰੇ ਪੈਰ ਦਾ ਜ਼ਿਕਰ ਕਰਕੇ ਖੁਸ਼ ਹੁੰਦੇ ਹੈ ਬੜੀ ਤੋਜੋ ਚਾਹਨਾ ਉਹ ਬੜਾ ਮੂੰਹ ਲੋੜ ਹੈ ਜਿਹੜਾ ਦੋਵਾਂ ਦਾ ਜ਼ਿਕਰ ਕਰਕੇ ਖੁਸ਼ ਹੋਵੇ ਇਹ ਕੋਈ ਹੋ Yeah.
ਸਹੀ ਤਸਵੀਰ ਲੱਗੀ ਹਾਏ ਹਾਏ ਪੀਰ ਕਬੀਰ ਨੇ ਸ਼ਾਹ ਸਾਹਿਬ ਮੇਰੇ ਮੁਰਸ਼ਦ ਨੇ ਸਾਹਮਣੇ ਬੋਰਡ ਅੱਗੇ ਪਿੱਛੇ ਮੇਰਾ ਵੀ ਚੰਗਾ ਕੀਤਾ ਇਧਰ ਤਾਜਦਾਰੇ ਖਤਮੇ ਨਾ ਦੂਸਰਾ
ਸੁਣੀਆਂ ਦੀ ਪੁਰਾਣੀ ਬਿਮਾਰੀ ਰਹੀ ਹੈ ਜਨਾਬ, ਇਹ ਸਾਡੇ ਸੁਣੀਆਂ ਦੀ ਪੁਰਾਣੀ ਬਿਮਾਰੀ ਰਹੀ ਹੈ। ਅਸੀਂ ਬੰਦਾ ਮੰਨਦੇ ਹੀ ਉਦੋਂ ਜਦੋਂ ਮਰ ਜਾਂਦਾ, ਖੁਦਾ ਦੀ ਕਸਮ ਤੁਸੀਂ ਲਫ਼ਜ਼ ਨਹੀਂ ਸਮਝੇ, ਜਿੰਨੇ ਬੰਦੇ ਬਾਬੇ ਖਾਦਮ ਹੁਸੈਨ ਰਜ਼ਵੀ ਰਹਿਮਤੁਲਾਹ ਅਲੈਹ ਦੇ ਜਨਾਜ਼ੇ ਵਿੱਚ ਸਨ, ਇਹਨੇ ਜੇ ਕਿਤੇ ਨਾਲ ਹੁੰਦੇ। जनाजों में आने का तुम्हारा क्या फायदा है, जब वो निकला करता था इन्हें नाल होंगे तो स्वाद थी ना। बहरहाल शाकर साहब भी पर्चा तो आड़े होना जी। मैं बड़ी ही गलत जाना जब मैं लपेट रहा था, ना बंदा फेसबुक पे लिख दे ते अकाउंट ब्लॉक हो जाता है, जेड़ा मौलवी तकरीर च लह दे वो मौलवी ब्लॉक हो जाए। खुदा दी कसम हुण भावे मौलवी ब्लॉक होवन भावे फेसबुक आईडिया ब्लॉक होवन, पर असल लपेट लपेट ਗਹਿਰੋ।